ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਮਾਰਚ ਦਾ ਦਿਨ 1664 ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇ ਦੌਰੇ ਤੋਂ ਪੰਜਾਬ ਮੁੜਦੇ ਦਿੱਲੀ 'ਚ ਰੁਕੇ। 20 ਮਾਰਚ 1664 ਦੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਪੁੱਜੇ ਤਾਂ ਉਸ ਤੋਂ ਇੱਕ ਦਿਨ ਮਗਰੋਂ ਹੀ 21 ਮਾਰਚ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਵੀ ਪੂਰਬ ਦੇ ਦੌਰੇ ਤੋਂ ਦਿੱਲੀ ਮੁੜੇ ਸਨ। ਉਹ ਦਿਲਵਾਲੀ ਮੁਹੱਲੇ 'ਚ ਭਾਈ ਕਲਿਆਣਾ ਦੀ ਧਰਮਸ਼ਾਲਾ 'ਚ ਠਹਿਰੇ ਸਨ। ਉਸੇ ਸ਼ਾਮ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਦਿੱਲੀ ਆਏ ਹੋਏ ਨੇ ਅਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ 'ਚ ਠਹਿਰੇ ਨੇ। 1747 ਜ਼ਕਰੀਆ ਖਾਨ ਦੇ ਦੂਜੇ ਪੁੱਤਰ ਸ਼ਾਹ ਨਵਾਜ਼ ਖਾਨ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ ਭਰਾ ਜਹੀਆ ਖਾਨ ਨੂੰ ਕੈਦ ਕਰ ਲਿਆ। ਜਦ ਯਹੀਆ ਖਾਨ ਲਾਹੌਰ ਦਾ ਰਸਮੀ ਸੂਬੇਦਾਰ ਬਣਿਆ ਤਾਂ ਉਸਦਾ ਭਰਾ ਮਿਰਜ਼ਾ ਹਯਾਤੁੱਲਾ ਮੁਲਤਾਨ ਵਿੱਚ ਸੀ। ਜਦ ਯਹੀਆ ਖਾਨ ਅਤੇ ਲਖਪਤ ਰਾਏ ਨੇ ਅੱਤ ਚੁੱਕ ਲਈ ਤਾਂ ਦੀਵਾਨ ਕੌੜਾਮੱਲ ਲਾਹੌਰ ਤੋਂ ਮੁਲਤਾਨ ਚਲਾ ਗਿਆ। ਉਸਨੇ ਆਪਣੀ ਵਫ਼ਾਦਾਰੀ ਸ਼ਾਹ ਨਵਾਜ਼ ਖਾਨ ਨਾਲ ਜੋੜ ਲਈ। ਹੁਣ ਦੋਵੇਂ ਜਣੇ ਲਾਹੌਰ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ। 21 ਮਾਰਚ 1747 ਦੇ ਦਿਨ ਸ਼ਾਹ ਨਵਾਜ਼ ਖਾਨ ਦੀ ਫੌਜ ਲਾਹੌਰ ਸ਼ਹਿਰ ਅੰਦਰ ਦਾਖਲ ਹੋ ਗਈ ਅਤੇ ਈਦ ਦੀ ਨਮਾਜ਼ ਖਤਮ ਹੋਣ ਮਗਰੋਂ ਇਸ ਫੌਜ ਨੇ ਯਹੀਆ ਖਾਨ ਅਤੇ ਉਸਦੇ ਸਾਥੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਯਹੀਆ ਖਾਨ ਦੇ ਬਹੁਤ ਸਾਰੇ ਸਾਥੀ ਮਾਰੇ ਗਏ। ਯਹੀਆ ਖਾਨ ਆਪ ਵੀ ਬੜੀ ਮੁਸ਼ਕਲ ਨਾਲ ਬਚ ਕੇ ਨਿਕਲਿਆ ਅਤੇ ਦੌੜ ਕੇ ਜਨਾਨ ਖਾਨੇ 'ਚ ਜਾ ਲੁਕਿਆ। ਸ਼ਾਹ ਨਵਾਜ਼ ਨੇ ਉਸਨੂੰ ਇਸ ਇਮਾਰਤ 'ਚ ਨਜ਼ਰਬੰਦ ਕਰ ਦਿੱਤਾ ਅਤੇ ਆਪ ਲਾਹੌਰ ਦਾ ਹਾਕਮ ਬਣ ਬੈਠਾ। ਉਸਨੇ ਯਹੀਆ ਖਾਨ ਦੇ ਸਾਰੇ ਵਫ਼ਾਦਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ। 1986 ਬਾਬਾ ਜੋਗਿੰਦਰ ਸਿੰਘ ਦੇ ਅਕਾਲੀ ਦਲ ਵੱਲੋਂ ਪੰਜਾਬ ਅਸੈਂਬਲੀ ਦਾ ਘਿਰਾਓ, ਪੁਲਿਸ ਨੇ ਗੋਲੀ ਚਲਾ ਕੇ 9 ਸਿੱਖ ਮਾਰੇ। ਬਾਬਾ ਜੋਗਿੰਦਰ ਸਿੰਘ ਦੇ ਅਕਾਲੀ ਦਲ ਨੇ ਕੀਤੇ ਐਲਾਨ ਮੁਤਾਬਕ 21 ਮਾਰਚ 1986 ਦੇ ਦਿਨ ਪੰਜਾਬ ਅਸੈਂਬਲੀ ਦਾ ਘਿਰਾਓ ਕੀਤਾ। ਉਹਨਾਂ ਦੀ ਮੰਗ ਸੀ ਕਿ ਗ੍ਰਿਫਤਾਰ ਹੋਏ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਧਰਮੀ ਫੌਜੀਆਂ ਦੀ ਬਹਾਲੀ ਕੀਤੀ ਜਾਵੇ। ਬਾਕੀ ਸਿੱਖ ਪਾਰਟੀਆਂ ਨੇ ਵੀ ਬਾਬਾ ਦਲ ਨਾਲ ਮਿਲਵਰਤਨ ਕੀਤਾ। MLA ਫਲੈਟਸ ਕੋਲ BSF ਦੇ ਅਫਸਰਾਂ ਨੇ ਬੇਵਜ੍ਹਾ ਗੋਲੀਆਂ ਚਲਾ ਕੇ 9 ਸਿੱਖ ਮਾਰ ਦਿੱਤੇ ਅਤੇ 60 ਨੂੰ ਫੱਟੜ ਕਰ ਦਿੱਤਾ। 1986 ਅੰਬਾਲਾ 'ਚ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਅਤੇ ਸਿੱਖ ਅਦਾਰਿਆਂ 'ਤੇ ਹਮਲੇ। 21 ਮਾਰਚ 1986 ਦੇ ਦਿਨ ਅੰਬਾਲੇ 'ਚ ਦਹਿਸ਼ਤਗਰਦਾਂ ਨੇ 8 ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾਈ। ਇਸ ਸਮੇਂ ਪੁਲਿਸ ਇਸ ਭੀੜ ਦੇ ਨਾਲ ਸੀ, ਯਾਨੀ ਭਜਨ ਲਾਲ ਦੀ ਸਰਕਾਰ ਦੀ ਸਰਪ੍ਰਸਤੀ ਇਹਨਾਂ ਦਹਿਸ਼ਤਗਰਦ ਭੀੜਾਂ ਨੂੰ ਹਾਸਲ ਸੀ। ਇਸ ਸਿਲਸਿਲੇ 'ਚ ਕਿਸੇ ਵੀ ਦਹਿਸ਼ਤਗਰਦ ਦੀ ਕਦੇ ਕੋਈ ਗ੍ਰਿਫਤਾਰੀ ਨਹੀਂ ਹੋਈ। 21 ਮਾਰਚ 1990 ਦੇ ਦਿਨ ਪੁਲਿਸ ਨੇ ਕਸ਼ਮੀਰ ਸਿੰਘ ਬਿੱਲਾ ਵਾਸੀ ਸੰਗਰਾਵਾਂ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। 21 ਮਾਰਚ 1991 ਦੇ ਦਿਨ ਪੁਲਿਸ ਨੇ ਅਰਜਿੰਦਰ ਸਿੰਘ ਉਰਫ ਟੋਨੀ, ਪੁੱਤਰ ਚੈਨ ਸਿੰਘ ਵਾਸੀ ਪਿੰਡ ਕਰੈਲ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਮਾਰਚ ਦਾ ਦਿਨ।